ਪੜੂੰ ਬਿਸਮਿਲ੍ਲਾ ਬੇੜਾ ਪਾਰ ਹੋਵੇ ਤੇ ਸਾਰੇ ਕੰਮ ਸਵਾਰ ਦੀ ਬਿਸਮਿਲ੍ਲਾ ਖੇਤੀ ਉਸ ਦੀ ਕਿਉਂ ਨਾ ਹਰੀ ਹੋਵੇ ਦਮ ਦਮ ਜੋ ਪੁਕਾਰਦਾ ਬਿਸਮਿਲ੍ਲਾ ਬੈਠ ਦਾਦੀ ਤੇ ਜੱਟ ਨੇ ਆਵਾਜ਼ ਮਾਰੀ ਚੱਲ ਸਾਵਿਆ ਪੀ ਲਿਆ ਬਿਸਮਿਲ੍ਲਾ ਵੇਖ ਅਰਸ਼ੀ ਉੱਤੇ ਹੂਰਾਂ ਪੈਣ ਸਜਦੇ ਆ ਜਾ ਅਰਬ ਦਿਆ ਲਾੜਿਆ ਬਿਸਮਿਲ੍ਲਾ ਬੇਬਿਸਮਿਲ੍ਲਾ ਇਸਮ ਅੱਲਾ ਦਾ ਤੇ ਗੈਣਾ ਇਹ ਭਾਰਾ ਨਾਲ ਸ਼ਫਾ ਆਇਤ ਉਹ ਸਰਵਰ ਆਲਮ ਇਹ ਛੁੱਟ ਸੀ ਆਲਮ ਸਾਰਾ ਬੇਹੱਦ ਦਰੂਦ ਨਬੀ ਨੂੰ ਇਹ ਜਿਸ ਦਾ ਪਸਾਰਾ ਹਾਂਠੀ ਬਾਹੂ ਜਿੰਨਾ ਮਿਲਿਆ ਨਬੀ ਸਹਾਰਾ ਅੱਗੇ ਮੇਰੀ ਸਰਕਾਰ ਫਰਮਾਉਂਦੇ ਨੇ ਆਰਫੇ
ਸੁਲਤਾਨ ਜਿਹੜੇ ਐਸੇ ਸ਼ਹਿਨਸ਼ਾਹ ਹੋਏ ਨੇ ਬਾਦਸ਼ਾਹ, ਵੇਖੋ ਕੈਸੇ ਕਰੀਮ ਨੇ। ਫਕੀਰ ਉਦੋਂ ਬਣਦਾ ਹੈ ਜਦੋਂ ਮਿੱਟ ਜਾਂਦਾ ਹੈ। ਅਤੇ ਅਸੀਂ ਇਹਨੇ ਆ ਮੈਂ, ਅਤੇ ਮੈਂ ਕਿਹਨੇ ਆਖਿਆ ਸੀ? ਅੱਲਾਹ ਨੂੰ ਇਹ ਪਸੰਦ ਨਹੀਂ। ਅਤੇ ਬਾਦਸ਼ਾਹ ਫਰਮਾਉਂਦੇ ਨੇ ਕਦੀ ਮੈਂ ਨਾ ਆਖਿਆ ਜੇ, ਜਦੋਂ ਵੀ ਆਖੋ ਸੋਹਣਿਆ ਤੂੰ, ਤੂੰ ਇਹ ਤੇ ਮੈਂ ਆ, ਮੈਂ ਤਾਂ ਕੁਛ ਵੀ ਨਹੀਂ, ਤੂੰ ਇਹ ਤੇ ਮੈਂ ਆ, ਮੈਂ ਤਾਂ ਕੁਛ ਵੀ ਨਹੀਂ। ਨਾਮ ਸੇ
ਨੇ ਬਾਦਸ਼ਾਹ ਫਰਮਾਉਂਦੇ ਨੇ ਪੀਰ ਨੂੰ ਕਿੰਜ ਮੰਨਣਾ ਹੈ। ਖਾਜਾ ਸਾਹਿਬ ਦੀ ਕਚਹਿਰੀ 'ਚ ਬੈਠੇ ਜੇ ਅਤੇ ਮਹਿਫਲ ਸਜਾਈ ਕਿਹਦੀ, ਸਰਕਾਰੇ ਕੁਨੈਨ ਦੀ, ਕਿਸੇ ਦੀ ਕਿਸੇ ਦੀ ਬਖਸ਼ਿਸ਼ ਵਾਸਤੇ। ਅਤੇ ਨਾ ਪਾਕਾਂ ਹਸਤੀਆਂ ਦੀ ਮਹਿਫਲ ਸਜਾਈ ਹੋਵੇ ਅਤੇ ਪਾਕਾਂ ਹਸਤੀਆਂ ਦੇ ਕਦਮਾਂ 'ਚ ਬੈਠੇ ਹੋਈਏ, ਅਤੇ ਕੀ ਤੁਹਾਡਾ ਇਹ ਇਮਾਨ ਗੱਲ ਕਰਦਾ ਕਿ ਬਖਸ਼ਿਸ਼ ਦੁਨੀਆਂ ਤੋਂ ਜਾਣ ਵਾਲੇ ਦੀ ਨਹੀਂ ਹੁੰਦੀ? ਜਦੋਂ ਨੀਯਤ ਕਰ ਲਈਏ ਬਖਸ਼ਿਸ਼ ਉਦੋਂ ਹੀ ਹੋ ਜਾਂਦੀ ਹੈ। ਨੇਕ ਕੰਮ ਦੀ ਨੀਯਤ ਜੋ ਕਰ ਲਈਏ ਅਤੇ ਬਖਸ਼ਿਸ਼ ਤਾਂ ਅੱਲਾ ਪਾਕ ਉਦੋਂ ਹੀ ਕਰ ਦਿੰਦਾ। ਨਾਰੇ ਤਕਬੀਰ, ਉੱਚੀ ਬੋਲੇ ਜ਼ਰਾ, ਨਾਰੇ ਤਕਬੀਰ, ਨਾਰੇ ਰਿਸਾਲਤ, ਨਾਰੇ ਰਿਸਾਲਤ, ਨਾਰਾ ਹੈਦਰੀ, ਨਾਰਾ ਹੈਦਰੀ, ਨਾਰਾ ਹੈਦਰੀ।